ਅੱਜ ਭਾਅ ਜੀ ਪਿਆਜ਼ ਦਾ ਰੇਟ 100 ਰੁਪਏ ਕਿਲੋ ਹੈ ਬਾਜ਼ਾਰ 'ਚ, ਇੰਨਾ ਮੈਂ ਆਉਣਾ ਹੀ ਨਹੀਂ ਜੀ। 100 ਰੁਪਏ ਪਿਆਜ਼ ਟੱਪ ਗਿਆ ਜੀ, 110 ਰੁਪਏ ਕਿਲੋ ਪਿਆਜ਼ ਆਵਾਜ਼ ਆ ਰਹੀ ਹੈ। 5 ਕਿਲੋ ਲੈ ਜਾਣਾ ਸੀ, ਹੁਣ ਕਿੰਨਾ ਲੈ ਕੇ ਜਾਓਗੇ? ਹੁਣ ਦੇਖਦੇ ਹਾਂ ਅਜੇ ਤਾਂ। ਹਾਂਜੀ, ਤੁਹਾਡੀ ਦੁਕਾਨ 'ਤੇ ਸਭ ਤੋਂ ਮਹਿੰਗੀ ਚੀਜ਼ ਕੀ ਹੈ? ਸਭ ਤੋਂ ਮਹਿੰਗੀ ਪਿਆਜ਼ ਹੀ ਆ ਜੀ। ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਟਾਈਮ ਜੋ ਪਿਆਜ਼ ਹੈ, ਪਿਆਜ਼ ਦਾ ਰੇਟ ਹੈ, ਆਮ ਲੋਕਾਂ ਦੇ ਹੰਝੂ ਕਢਵਾਉਣ ਦੇ ਲਈ ਮਜਬੂਰ ਹੈ। ਵੈਸੇ ਅਗਰ ਪਿਆਜ਼ ਦੀ ਗੱਲ ਕਰੀਏ, ਜਦੋਂ ਪਿਆਜ਼ ਕੱਟੇ ਜਾਂਦੇ ਆ, ਜੇ ਪਿਆਜ਼ ਸਸਤੇ ਹੋਣ ਤਾਂ ਖੁਸ਼ੀ ਦੇ ਜੋ ਅੱਥਰੂ ਅੱਖਾਂ ਵਿੱਚ ਆਉਣੇ ਸੁਭਾਵਿਕ ਹੈ। ਪਰ ਇਸ ਟਾਈਮ ਪਿਆਜ਼ਾਂ ਦਾ ਰੇਟ ਇੰਨਾ ਵੱਧ ਚੁੱਕਿਆ ਕਿ 100 ਦਾ ਅੰਕੜਾ ਪਾਰ ਕਰ ਚੁੱਕਿਆ ਹੈ। ਲੋਕਾਂ ਦੇ ਵਿੱਚ ਆਮ ਰਸੋਈ ਜੋ ਹੈ ਉਹ ਗਰਮ ਹੋ ਚੁੱਕੀ ਹੈ, ਕਿਉਂਕਿ ਪਿਆਜ਼ ਹਰ ਇੱਕ ਸਬਜ਼ੀ ਦੇ ਵਿੱਚ ਪੈਂਦਾ, ਪਰ ਲੋਕ ਪਿਆਜ਼ ਪਾਉਣ ਤੋਂ ਸਬਜ਼ੀ 'ਚ ਅਸਮਰਥ ਨੇ। ਔਰ ਅਸੀਂ ਨਕੋਦਰ ਦੀ ਸਬਜ਼ੀ ਮੰਡੀ ਵਿੱਚ ਖੜ੍ਹੇ ਹਾਂ, ਲੋਕਾਂ ਨਾਲ ਗੱਲਬਾਤ ਕਰਾਂਗੇ, ਤੁਹਾਨੂੰ ਸੁਣਾਵਾਂਗੇ ਪਿਆਜ਼ ਦਾ ਕੀ ਰੇਟ ਹੈ ਔਰ ਕਿਸ ਤਰ੍ਹਾਂ ਦਾ ਗੁਜ਼ਾਰਾ ਚੱਲਦਾ ਹੈ। ਜਾਣਦਿਆਂ ਬਾਅਦ ਕਰਾਂਗੇ ਪਿਆਜ਼ ਦਾ ਜੋ ਰੇਟ ਹੈ ਅੱਜ ਦਾ ਕੀ ਰੇਟ ਹੈ ਔਰ ਕਿੰਨੀ ਮਹਿੰਗਾਈ ਚੱਲ ਰਹੀ ਹੈ। ਹਾਂਜੀ ਵੀਰ ਜੀ, ਪਿਆਜ਼ ਦਾ ਕੀ ਰੇਟ ਹੈ? ਅੱਜ ਭਾਅ ਜੀ ਪਿਆਜ਼ ਦਾ ਰੇਟ 100 ਰੁਪਏ ਕਿਲੋ ਹੈ ਬਾਜ਼ਾਰ 'ਚ, ਇੰਨਾ ਮਹਿੰਗਾ ਹੋ ਗਿਆ। ਅਸੀਂ ਦੁਕਾਨਦਾਰ ਹੋ ਗਏ, ਖੁਦ ਹੀ ਨਹੀਂ ਸਾਡੀ ਹਿੰਮਤ ਵਰਦੀ ਕਿ ਮੈਂ ਦੁਕਾਨ 'ਤੇ ਲਾ ਕੇ ਵੇਚਾਂ, ਲੋਕ ਲੈਂਦੇ ਹੀ ਨਹੀਂ, ਸਾਰਾ ਖਰਾਬ ਹੋ ਜਾਂਦਾ। ਤੁਸੀਂ ਕਹਿ ਰਹੇ ਹੋ ਕਿ ਪਿਆਜ਼ ਲੋਕ ਲੈਂਦੇ ਨਹੀਂ, ਪਰ ਜੇਕਰ ਅੱਜ ਤੋਂ ਜਦੋਂ ਸਸਤਾ ਪਿਆ ਸੀ, ਇੱਕ ਦਿਨ ਦੀ ਕਿੰਨੀ ਲਾਗਤ ਸੀ? ਇੱਕ ਦਿਨ ਘੱਟੋ ਘੱਟ 4-5 ਕੁਇੰਟਲ ਵਿਕ ਜਾਂਦਾ ਤਾਂ, ਹੁਣ ਤਾਂ 10 ਕਿਲੋ ਵੀ ਵੇਚਣਾ ਔਖਾ ਹੋ ਗਿਆ। ਤੁਹਾਨੂੰ ਲੱਗਦਾ ਕਿ ਪਿਆਜ਼ ਮਹਿੰਗੇ ਹੋਣ ਤਾਂ ਤੁਹਾਡੀ ਕੋਈ ਆਮਦਨ 'ਚ ਕਮੀ ਆਈ? ਬਹੁਤ ਜ਼ਿਆਦਾ ਫਰਕ ਪਿਆ ਭਾਅ ਜੀ, ਜਦੋਂ ਚੀਜ਼ ਮਹਿੰਗੀ ਹੋ ਗਈ ਤਾਂ ਗ੍ਰਾਹਕ ਆਪਣੇ ਆਪ ਹੀ ਘੱਟਦਾ, ਫਿਰ ਜਦੋਂ ਸਸਤੇ ਹੁੰਦੇ ਤਾਂ ਲੋਕ ਲੈਂਦੇ ਹੀ ਆ। ਇਹ ਤਾਂ ਇੱਕ ਪਹਿਲਾ ਦੁਕਾਨਦਾਰ ਸੀ ਜਿਹਨਾਂ ਦਾ ਕਹਿਣਾ ਸੀ ਕਿ ਪਿਆਜ਼ ਕਾਫੀ ਜ਼ਿਆਦਾ ਮਹਿੰਗਾ ਹੋ ਚੁੱਕਿਆ, ਔਰ ਲੋਕਾਂ ਦੇ ਵਿੱਚ ਪਿਆਜ਼ ਖਰੀਦਣ ਦੀ ਸਮਰੱਥਾ ਨਹੀਂ ਹੈ। ਜੇਕਰ 100 ਰੁਪਏ ਪਿਆਜ਼ ਆ ਤਾਂ ਸੁਭਾਵਿਕ ਖਰੀਦਣਾ ਵੀ ਔਖਾ ਹੋਗਾ। ਜੇਕਰ ਦੂਜੇ ਪਾਸੇ ਡਾਲਰ ਦੀ ਗੱਲ ਕਰੀਏ ਤਾਂ 75 ਰੁਪਏ ਹੈ, ਪਰ ਜੋ ਸਾਡੇ ਦੇਸ਼ ਦਾ ਪਿਆਜ਼ ਹੈ ਡਾਲਰ ਤੋਂ ਵੀ ਉੱਪਰ ਛਾਲਾਂ ਮਾਰ ਰਿਹਾ, ਮਹਿੰਗਾ। ਹੋਰ ਵੀ ਗੱਲਬਾਤ ਕਰਦੇ ਲੋਕ ਸਾਡੇ ਨਾਲ ਨੇ। ਅੱਜ ਕੱਲ੍ਹ ਤੁਸੀਂ ਪਿਆਜ਼ ਦਾ ਰੇਟ ਕਿੰਨਾ ਹੋ ਚੁੱਕਿਆ ਜੀ, ਕੀ ਕਹਿਣਾ ਚਾਹੁੰਦੇ? ਕੋਈ ਅਸੀਂ ਤਾਂ ਪਿਆਜ਼ ਤੋਂ ਇੰਨਾ ਪਰੇਸ਼ਾਨ ਹੋਇਆ ਹੋਇਆ, ਗਰੀਬ ਬੰਦਾ ਕੀ ਕਰ ਸਕਦੇ ਆ ਜੀ। ਬਸ ਗਰੀਬ ਜਿੱਥੇ ਕਿਲੋ ਪਿਆਜ਼ ਜਾਂਦਾ, ਅਗਲਾ ਕਹਿੰਦਾ 10 ਰੁਪਏ ਪਿਆਜ਼, ਦੁਕਾਨ ਦਾ ਕਹਿੰਦਾ 10 ਰੁਪਏ ਪਿਆਜ਼ ਆਉਣਾ ਹੀ ਨਹੀਂ ਜੀ। 100 ਰੁਪਏ ਪਿਆਜ਼ ਟੱਪ ਗਿਆ ਜੀ, 110 ਰੁਪਏ ਪਿਆਜ਼ ਆਵਾਜ਼ ਆ ਰਹੀ ਹੈ। ਤੁਹਾਨੂੰ ਕਾਰਨ ਕੀ ਲੱਗਦਾ ਪਿਆਜ਼ ਇੰਨਾ ਮਹਿੰਗਾ ਕਿਉਂ ਹੋਇਆ ਜੀ? ਦੇਖੋ ਜੀ, ਇਹ ਤਾਂ ਅਸੀਂ ਆਪ ਗੌਰਮੈਂਟ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਜਲਦੀ ਤੋਂ ਜਲਦੀ ਇਹ ਪਿਆਜ਼ ਦਾ ਰੇਟ ਘਟਾਇਆ ਜਾਵੇ, ਨਾ ਤਾਂ ਗਰੀਬ ਬੰਦਾ ਵਿਚਾਰਾ ਇੱਦਾਂ ਹੀ ਤੁੜਕੇ ਦੇ ਬਣੇ ਰੋਟੀ ਖਾਊਗਾ ਵਿਚਾਰਾ। ਬਿਲਕੁਲ ਜੀ, ਇਹਨਾਂ ਦੀ ਬਿਲਕੁਲ ਸਹੀ ਗੱਲ ਸੀ। ਹਾਂਜੀ ਜੀ, ਤੁਹਾਡਾ ਇਸ ਪ੍ਰਤੀ ਕੀ ਕਹਿਣਾ ਪਿਆਜ਼ ਬਾਰੇ? ਭਾਅ ਜੀ, ਪਿਆਜ਼ ਹੋ ਹੀ ਬਹੁਤ ਮਹਿੰਗਾ ਗਿਆ ਵਾ, 90 ਰੁਪਏ ਆ, ਆਮ ਬੰਦਾ ਤਾਂ ਖਾ ਹੀ ਨਹੀਂ ਸਕਦਾ। ਸਹੀ ਪੁੱਛਿਆ ਜੀ, ਬਸ ਇਹ ਮੰਡੀ ਦੀ ਗੱਲ ਕਰੀ ਤੇ ਮੰਡੀ ਦਾ ਕੀ ਰੇਟ ਆ ਪਿਆਜ਼ ਦਾ? ਭਾਅ ਜੀ, ਮੰਡੀ ਦੇ ਵਿੱਚੋਂ 80-90 ਰੁਪਏ ਖਰੀਦ ਲੈ ਰਹੇ ਹਾਂ। ਤੇ ਅੱਗੇ ਵਿਕਦਾ ਕੀ ਰੇਟ ਹੈ ਜੀ? ਅੱਗੇ ਭਾਅ ਜੀ ਇਹ ਦੇਖ ਲਓ, 100-110 ਅੱਜ ਦਾ ਰੇਟ, 100 ਰੁਪਏ, 110 ਰੁਪਏ ਭਾਅ। ਇਹ ਤਾਂ ਲੋਕ ਸਾਡੇ ਜੁੜੇ ਹੋਏ ਸੀ, ਕੁਛ ਦੁਕਾਨਦਾਰ ਵੀ ਸੀ, ਔਰ ਲਗਾਤਾਰ ਉਹਨਾਂ ਦਾ ਇੱਕੋ ਕਹਿਣਾ ਕਿ ਪਿਆਜ਼ ਦਾ ਰੇਟ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ। ਔਰ ਵਧਣ ਦਾ ਕਾਰਨ ਇਹ ਵੀ ਹੋ ਸਕਦਾ ਕਿ ਕੁਛ ਸਟੋਰਾਂ ਦੇ ਵਿੱਚ ਪਿਆਜ਼ ਜੋ ਜਮ੍ਹਾਂ ਕੀਤਾ ਹੋਵੇ, ਔਰ ਜਮ੍ਹਾਂ ਕੀਤਾ ਉਸ ਦੇ ਕਾਰਨ ਇਹ ਪਿਆਜ਼ ਕਾਫੀ ਜ਼ਿਆਦਾ ਮਹਿੰਗਾ। ਇਸ ਤੋਂ ਅੱਗੇ ਵੀ ਹੋਰ ਵੀ ਗੱਲਬਾਤ ਕਰਾਂਗੇ, ਅੱਗੇ ਵੀ ਦੁਕਾਨਦਾਰ ਸਾਡੇ ਨਾਲ ਨੇ। ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਨਕੋਦਰ ਦੀ ਅਸੀਂ ਸਬਜ਼ੀ ਮੰਡੀ ਦੇ ਵਿੱਚ ਖੜ੍ਹੇ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨੇ, ਪਰ ਸਭ ਤੋਂ ਜੋ ਵੱਧ ਰੇਟ ਹੈ ਇਸ ਟਾਈਮ ਪਿਆਜ਼ ਦਾ ਰੇਟ ਹੈ, ਪਿਆਜ਼ ਦੀ ਮਾਰ ਜੋ ਆਮ ਜਨਤਾ ਨੂੰ ਪੈ ਰਹੀ ਹੈ। ਸਬਜ਼ੀਆਂ 'ਚ ਤੁਸੀਂ ਦੇਖ ਰਹੇ ਹੋ, ਆਲੂ ਹੈ, ਹੋਰ ਅੱਗੇ ਟਮਾਟਰ ਹੈ, ਭਿੰਡੀ ਹੈ, ਖੀਰਾ ਵੀ ਜੋ ਹੈ, ਪਰ ਸਭ ਤੋਂ ਜੋ ਮਹਿੰਗਾ ਇਸ ਟਾਈਮ ਮੰਡੀ ਵਿੱਚ ਹੈ ਉਹ ਪਿਆਜ਼ ਹੈ। ਆਮ ਲੋਕਾਂ ਦੇ ਨਾਲ ਦੁਕਾਨਦਾਰਾਂ ਨਾਲ ਗੱਲ ਵੀ ਕੀਤੀ, ਔਰ ਅੱਗੇ ਵੀ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ, ਪਿਆਜ਼ ਕੀ ਰੇਟ ਵਿਕ ਰਿਹਾ ਜੀ? 100 ਰੁਪਏ ਕਿਲੋ ਜੀ। ਲੱਗਦਾ ਨਹੀਂ ਕਿ ਮਹਿੰਗਾ ਜੀ? ਜ਼ਰੂਰ ਜੀ, ਬਹੁਤ ਮਹਿੰਗਾ। ਹੁਣ ਜੇ ਜਾਣੀ ਕਿ ਵਿਕਦਾ, ਜੇਕਰ ਅੱਜ ਤੋਂ 15 ਦਿਨ ਪਹਿਲਾਂ ਦੀ ਗੱਲ ਕੀਤੀ, ਜੇ 2 ਮਹੀਨੇ ਪਹਿਲਾਂ ਦੀ ਗੱਲ ਕੀਤੀ ਹੋਵੇ ਤਾਂ ਪਿਆਜ਼ ਦਾ ਕੀ ਰੇਟ ਸੀਗਾ? 25-30 ਰੁਪਏ ਕਿਲੋ ਜੀ। ਦੁਕਾਨਦਾਰ 'ਤੇ ਕੋਈ ਫਰਕ ਪਿਆ ਜੀ? ਬਹੁਤ ਜੀ, ਜਿਹੜਾ 5 ਕਿਲੋ ਲੈਂਦਾ ਉਹ ਕਿਲੋ ਲੈ ਕੇ ਜਾਂਦਾ। ਬਿਲਕੁਲ ਜੀ, ਇਹਨਾਂ ਦੇ ਵੀ ਇਹੀ ਕਹਿਣਾ ਕਿ ਪਿਆਜ਼ ਦੇ ਨਾਲ ਆਮ ਲੋਕਾਂ ਦੇ ਜੇਬ 'ਤੇ ਡਾਕਾ ਜ਼ਰੂਰ ਪਿਆ, ਕਾਫੀ ਜ਼ਿਆਦਾ ਮਹਿੰਗਾ ਪਿਆਜ਼ ਹੈ। ਲੋਕਾਂ ਦੇ ਸਾਰਿਆਂ ਨਾਲ ਗੱਲਬਾਤ ਕੀਤੀ, ਇੱਕੋ ਕਹਿਣਾ ਕਿ ਪਿਆਜ਼ ਮਹਿੰਗਾ ਜੀ। ਆਉਣ ਵਾਲੇ ਸਮੇਂ ਦੇ ਵਿੱਚ
ਇਹ ਰੇਟ ਨਾ ਘਟਿਆ ਤਾਂ ਸਾਨੂੰ ਲੱਗਦਾ ਕਿ ਜੋ ਰਸੋਈ ਦੇ ਵਿੱਚ ਪਿਆਜ਼ ਤੁਹਾਨੂੰ ਦੇਖਣ ਨੂੰ ਮਿਲੇਗਾ, ਜਿੱਦਾਂ ਕਿ ਕਿਲੋ ਅੱਧਾ ਕਿਲੋ ਪਾਈਆ ਵੀ ਲੈਣ ਦੇ ਲਈ ਲੋਕ ਇੱਥੇ ਮਜਬੂਰ ਨਾਲ ਗੱਲਬਾਤ ਕਰਦੇ ਆ। ਹਾਂਜੀ, ਜੇਕਰ ਪਿਆਜ਼ ਦੀ ਗੱਲ ਕਰੀਏ, ਸਭ ਤੋਂ ਘੱਟ ਪਿਆਜ਼ ਕਿੰਨਾ ਕੁ ਇੱਕ ਜੇਕਰ ਕੋਈ ਪਿਆਜ਼ ਲੈਣਾ ਆਉਂਦਾ, ਇੱਕ ਸਾਨੂੰ ਘੱਟ ਤੋਂ ਘੱਟ ਕਿੰਨਾ ਪਿਆਜ਼ ਖਰੀਦ ਸਕਦੇ ਜੀ? ਕਿਲੋ ਜਾਂ ਕਿਲੋ ਪਿਆਜ਼ ਇੱਦਾਂ ਵੀ ਕਦੇ ਹੋਇਆ ਕਿ ਪਿਆਜ਼ ਹੀ ਖਰੀਦਦਾ ਹੋਏ? ਨਾ, ਪੰਜ ਦਸ ਕਿਲੋ ਤਾਂ ਘੱਟ ਕੋਈ ਨਹੀਂ ਜਾਂਦਾ ਜੀ। ਪੰਜ ਤੋਂ ਕੋਈ ਨਹੀਂ ਲੱਗ ਜਾਂਦਾ? ਹਾਂਜੀ, ਪੌਂਚਾ ਕਿਲੋ ਅੱਧਾ ਕਿਲੋ ਵਾ ਪਾਈ ਆ। ਉਦੋਂ ਰੇਟ ਸਸਤਾ ਸੀ, ਉਦੋਂ ਕਿੰਨਾ ਵਿਕ ਜਾਂਦਾ ਸੀ? ਪੰਜ ਕਿਲੋ ਦਸ ਕਿਲੋ ਲੋਕ ਬੋਰਾ ਬੋਰਾ ਵੀ ਲਾਈ ਜਾਂਦੇ। ਜਦੋਂ ਤੁਸੀਂ ਦੇਖਿਆ ਕਿ ਜੋ ਦੁਕਾਨਦਾਰ ਕਹਿ ਰਹੇ ਨੇ ਪਿਆਜ਼ ਹੈ ਜੋ ਉਹ ਕਿਲੋ ਅੱਧਾ ਕਿਲੋ ਦੋ ਕਿਲੋ ਵਿਕਦਾ, ਪਰ ਜਦੋਂ ਸਸਤਾ ਸੀ ਬੋਰਾ ਤੱਕ ਵੀ ਲੋਕ ਲੈ ਜਾਂਦੇ ਸੀ, ਪਰ ਪਿਆਜ਼ ਦੀ ਮਾਰ ਇੱਕ ਵਾਰ ਫਿਰ ਇੱਥੇ ਨਕੋਦਰ 'ਚ ਖੜ੍ਹੇ ਆ, ਪਰ ਪੂਰੇ ਦੇਸ਼ ਦੇ ਵਿੱਚ ਪਿਆਜ਼ ਦੀ ਮਾਰ ਪੈ ਰਹੀ ਹੈ, ਪਿਆਜ਼ ਕਾਫੀ ਜ਼ਿਆਦਾ ਮਹਿੰਗਾ। ਇਸ ਤੋਂ ਅੱਗੇ ਹੋਰ ਦੁਕਾਨਦਾਰ ਵੀ ਨੇ ਗੱਲਬਾਤ ਕਰਾਂਗੇ, ਪਿਆਜ਼ ਖਰੀਦਣ ਕੁਝ ਲੋਕ ਆਏ ਨੇ, ਗੱਲਬਾਤ ਕਰਾਂਗੇ। ਹਾਂਜੀ, ਕੀ ਲੈਣਾ ਸੀ? ਸਰ ਪਿਆਜ਼ ਲੈਣੇ ਸੀਗੇ, 100 ਰੁਪਏ ਕਿਲੋ ਆਏ। ਕਿੱਦਾਂ ਲੈ ਲਈ ਪਿਆਜ਼? ਨਹੀਂ ਜੀ, ਉਹ ਪੁੱਛ ਕੇ ਚੱਲ ਚੱਲੇ ਆ, ਕਹਿੰਦੇ ਮਹਿੰਗੇ ਬਹੁਤ ਆ। ਲੈ ਕਿਉਂ ਨਹੀਂ, ਕੀ ਕਰਨਾ ਜੀ? ਕਹਿੰਦੇ ਮਹਿੰਗੇ ਬਹੁਤ ਆ। ਮਹਿੰਗੇ ਬਹੁਤ, ਇਹਨਾਂ ਦੇ ਵੀ ਇਹੀ ਕਹਿਣਾ ਸੀ ਕਿ ਪਿਆਜ਼ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਸੀ। ਪਹਿਲਾਂ ਵੀ ਤੁਹਾਨੂੰ ਦੱਸਿਆ, ਦੁਕਾਨਦਾਰਾਂ ਨੇ ਵੀ ਗੱਲ ਕਰਾਈ ਹੈ ਕਿ ਪਿਆਜ਼ ਦਾ ਰੇਟ ਅਸਮਾਨ ਨੂੰ ਚੜ੍ਹ ਚੁੱਕਿਆ, ਕਾਫੀ ਜ਼ਿਆਦਾ ਰਸੋਈ ਦੇ ਲਈ ਗਰਮ ਪਿਆਜ਼ ਹੋ ਚੁੱਕਿਆ। ਹਾਂਜੀ, ਤੁਸੀਂ ਕੀ ਕਹੋਗੇ, ਪਿਆਜ਼ ਮਹਿੰਗਾ ਲੱਗਦਾ? ਹਾਂਜੀ, ਲੈਣੀ ਪਿਆਜ਼ ਹੀ ਆਏ ਸੀ ਅਤੇ ਹੁਣ ਮਹਿੰਗਾ 100 ਰੁਪਏ ਕਿਲੋ ਆ। ਜੇਕਰ ਪਿਆਜ਼ ਸਸਤਾ ਹੁੰਦਾ ਤੁਸੀਂ ਕਿੰਨੇ ਅੱਜ ਲੈ ਕੇ ਜਾਣਾ ਸੀ? 5 ਕਿਲੋ ਲੈ ਜਾਣਾ ਸੀ। ਹੁਣ ਕਿੰਨਾ ਲੈ ਕੇ ਜਾਓਗੇ? ਹੁਣ ਦੇਖਦੇ ਹਾਂ, ਅਜੇ ਤਾਂ 5 ਕਿਲੋ ਲੈ ਜਾਵਾਂਗੇ। ਇਹੀ ਗੱਲ ਹੈ ਕਿ ਜੋ 5 ਕਿਲੋ ਲੈਣ ਪਿਆਜ਼ ਆਉਂਦਾ ਹੈ ਉਹ ਕਿਲੋ ਜਾਂ ਅੱਧਾ ਕਿਲੋ ਲੈ ਕੇ ਜਾਂਦਾ ਹੈ। ਇੱਕ ਹੋਰ ਗਰੀਬ ਮਾਤਾ ਸਾਡੇ ਨਾਲ ਨੇ, ਅਤੇ ਮਾਤਾ ਜੀ ਤੁਸੀਂ ਕੀ ਲੈਣਾ ਆਏ ਸੀ ਮੰਡੀ 'ਚ? ਅਸੀਂ ਸਬਜ਼ੀ ਪਿਆਜ਼। ਪਿਆਜ਼ ਲੈ ਲਈ 1 ਕਿਲੋ। ਮਾਤਾ ਜੀ, ਤੁਹਾਡੀ ਜ਼ਿੰਦਗੀ ਦੇ ਜਿੰਨੀ ਤੁਹਾਡੀ ਉਮਰ ਹੋ ਚੁੱਕੀ ਹੈ, ਪਿਆਜ਼ ਕਿੰਨੀ ਵਾਰ ਮਹਿੰਗੇ ਹੋ ਚੁੱਕਿਆ ਜੀ? ਪਹਿਲੀ ਵਾਰ ਹੋਇਆ ਜੀ? ਨਹੀਂ, ਅੱਗੇ ਵੀ ਹੋਏ ਸੀ। ਪਹਿਲੇ ਵੀ ਹੋਇਆ? ਹਾਂਜੀ। ਕੀ ਲੱਗਦਾ ਨਹੀਂ ਕਿ ਗਰੀਬ ਇਸ ਨੂੰ ਖਾਣ ਲਈ ਮੁਹਤਾਜ ਹੋ ਜਾਏਗਾ ਜੇ ਪਿਆਜ਼ ਦਾ ਰੇਟ ਸਸਤਾ ਨਹੀਂ ਹੋਊਗਾ? ਹਾਂਜੀ ਹਾਂਜੀ, ਗਰੀਬ ਤਾਂ ਮੁਹਤਾਜ ਹੀ ਆ, ਗਰੀਬਾਂ ਨੂੰ ਕੰਮ ਕਾਰ ਨਹੀਂ ਕੋਈ ਮਿਲਦਾ, ਮੁੰਨਿਆਂ ਨੇ ਘਰ ਵਿਹਲੇ ਮੁੜੇ ਆਉਂਦੇ ਆ। ਇਹ ਮਾਤਾ ਦਾ ਵੀ ਇਹੀ ਕਹਿਣਾ ਸੀ, ਪਿਆਜ਼ ਕਾਫੀ ਜ਼ਿਆਦਾ ਮਹਿੰਗਾ ਹੋ ਗਿਆ, ਪਿਆਜ਼ ਦੀ ਮਾਰ ਆਮ ਲੋਕਾਂ ਦੇ ਜੇਬ 'ਤੇ ਡਾਕਾ ਪੈ ਰਿਹਾ, ਕਾਫੀ ਜ਼ਿਆਦਾ ਪਿਆਜ਼ ਮਹਿੰਗਾ ਹੋ ਚੁੱਕਿਆ। ਜੇਕਰ ਹੋਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਦੁਕਾਨਦਾਰ ਨਾਲ ਗੱਲ ਕਰਾਂ। ਹਾਂਜੀ, ਤੁਹਾਡੀ ਦੁਕਾਨ 'ਤੇ ਸਭ ਤੋਂ ਮਹਿੰਗੀ ਚੀਜ਼ ਕੀ ਹੈ? ਸਭ ਤੋਂ ਮਹਿੰਗੀ ਪਿਆਜ਼ ਆ ਜੀ। ਸਭ ਤੋਂ ਉੱਪਰ ਪਿਆਜ਼ ਹੈ, ਡਾਲਰ ਦੇ ਭਾਅ ਵਿਕ ਰਿਹਾ ਪਿਆਜ਼? 110 ਵਿੱਚ 100 ਰੁਪਏ ਕਿਲੋ ਪਿਆਜ਼ ਵਿਕ ਰਿਹਾ। ਲੋਕ ਬੜੇ ਪਰੇਸ਼ਾਨ ਹੋਏ ਫਿਰਦੇ, ਪਿਆਜ਼ 'ਚ ਬੜੇ ਲੋਕ ਪਰੇਸ਼ਾਨ ਹੋਏ ਫਿਰਦੇ ਆ। ਜੇ ਕੋਈ ਪੁੱਛਣਾ ਹੁੰਦਾ ਬਾਕੀ ਹੋਰ ਸਬਜ਼ੀ ਲੈਣੀ, ਉਹ ਵੀ ਛੱਡ ਚੱਲ ਜਾਂਦੇ ਆ ਜਦੋਂ ਪਿਆਜ਼ ਦਾ ਭਾਅ ਵੱਜਦੇ ਆ। ਜਦੋਂ ਦੁਕਾਨਦਾਰੀ 'ਚ ਕੋਈ ਫਰਕ ਪਿਆ ਪਿਆਜ਼ ਮਹਿੰਗਾ ਹੋਣ ਦੇ ਕਾਰਨ? ਬਹੁਤ ਫਰਕ ਪਿਆ। ਇੱਕ ਦੁਕਾਨਦਾਰ ਤਾਂ ਉੱਦਾਂ ਸਾਡੇ ਵਿਹਲੇ ਬੈਠੇ ਆ, ਮਾੜੀ ਨਿਗਾਹ ਮਾਰੋ ਤੁਸੀਂ ਆ ਕੇ, ਬਸ ਇੱਕ ਦੁਕਾਨਦਾਰ ਜਾਣੀ ਜਿੱਥੇ ਛਾਉਣ 10,000 ਵਟਣਾ ਛਾਉਣ 4,000 ਸੇਲ ਹੁੰਦੀ ਪਈ ਆ। ਅਗਲੇ ਪਹਿਲਾਂ ਆ ਕੇ ਜਿਹੜੇ ਗਾਹਕ ਹੁੰਦਾ ਉਹ ਪਹਿਲਾਂ ਪੁੱਛਦਾ ਹੀ ਪਿਆਜ਼ ਦਾ ਰੇਟ ਆ ਜੀ। ਜਦੋਂ ਭਾਈ ਪਿਆਜ਼ ਦਾ ਪਾ ਦਿੱਤਾ ਛਲਾਂਗ ਮਾਰਦਾ, ਦੂਜੀ ਕੰਧ ਜਾ ਵੜਦਾ ਦੂਜੀ ਕੰਧ, ਪਿੱਛੇ ਤਾਂ ਉੱਥੇ ਵੀ ਇਹ ਪਾ, ਹੋਰ ਗਾਹ ਚੱਲ ਜਾਂਦਾ ਦੁਕਾਨ 'ਤੇ ਉੱਦਾਂ ਰੱਦਾਂ ਬੈਠੇ ਰਹਿੰਦਾ। ਹਰ ਇੱਕ ਘਰ ਦੀ ਲੋੜ ਹੈ ਪਿਆਜ਼, ਪਰ ਲੋਕਾਂ ਦਾ ਲਗਾਤਾਰ ਦੁਕਾਨਦਾਰਾਂ ਦਾ ਔਰ ਖਰੀਦਣ ਵਾਲਿਆਂ ਦਾ ਇੱਕੋ ਇੱਕ ਇਹੀ ਗੱਲ ਕਹਿਣੀ ਹੈ ਕਿ ਪਿਆਜ਼ ਕਾਫੀ ਜ਼ਿਆਦਾ ਮਹਿੰਗਾ ਹੋ ਗਿਆ, ਔਰ ਆਉਣ ਵਾਲੇ ਟਾਈਮ ਦੇ ਵਿੱਚ ਆਸਾਰ ਨਹੀਂ ਲੱਗਦਾ ਕਿ ਪਿਆਜ਼ ਸਸਤਾ ਹੋਵੇਗਾ। ਇੱਥੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਜੋ ਪਿਆਜ਼ ਸੀ ਸਸਤਾ ਕੀਤਾ ਸੀ, ਉਹ ਸ਼ਾਇਦ ਜੋ ਪਿਆਜ਼ ਸੀ ਪਹਿਲਾਂ 80-90 ਰੁਪਏ ਸੀ, ਪਰ ਸਰਕਾਰ ਨੇ ਵਿੱਚ ਕੁਛ ਪੈਸੇ ਪਾ ਕੇ ਪਿਆਜ਼ ਨੂੰ ਸਸਤਾ ਕੀਤਾ ਸੀ, ਪਰ ਪੰਜਾਬ ਦੀ ਸਰਕਾਰ ਇਸ ਪ੍ਰਤੀ ਸੂਚਿਤ ਕਿਉਂ ਨਹੀਂ ਹੈ? ਇੱਕ ਵੱਡਾ ਕਾਰਨ ਇੱਥੇ ਮੰਨਿਆ ਜਾ ਸਕਦਾ ਹੈ। ਕੈਮਰਾ ਪਰਸਨ ਪਰਮ ਕੁਮਾਰ ਦੇ ਨਾਲ ਹਰਦੀਪ।